ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਇਹ 14 ਅਗਸਤ ਦੀ ਹੈ। ਜਿਸ ਦਿਨ ਪਾਕਿਸਤਾਨ ਬਣਿਆ ਉਸ ਦਿਨ ਜਾਂ ਲਾਮਾ ਇਕਬਾਲ ਦਾ ਦਿਨ, ਉਹ ਕੌਮੀ ਦਿਨ ਆਉਂਦਾ। ਠੀਕ, ਸਾਰੇ ਕੌਮੀ ਜੁਮਾ ਦਿਨ ਹੀ ਸਾਡਾ ਕੌਮੀ ਦਿਨ। ਨਹੀਂ ਆਸ ਕਰੇ ਮੰਗਲ ਹੋਣੀ ਹੈ ਜਦੋਂ ਲਗਾਤ ਹੋਇਆ। ਉਹ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ, ਕੌਮੀ ਦਿਨ ਜੁਮਾ। ਕੌਮੀ ਦਿਨ ਜੁਮਾ ਹੀ ਹੁੰਦਾ ਮੁਸਲਮਾਨਾਂ ਦਾ। ਕੌਮੀ ਦਿਨ ਜੁਮਾ। ਅੱਛਾ, ਜੁਮਾ ਹੋ ਗਿਆ ਕੌਮੀ ਦਿਨ, ਤੇ ਜੁਮੇ ਰਾਤ ਕਿਹੜਾ ਦਿਨ? ਜੁਮੇ ਰਾਤ ਜਿਹੜਾ ਉਹ ਅੱਲਾਹ ਤਾਲਾ ਨੇ ਬਣਾਇਆ ਨੇ ਦਿਨ 6-7 ਨੇ, ਤੇ ਬਾਕੀ ਹੈ ਜੁਮਾ ਨੀ ਅੱਲਾਹ ਨੇ ਬਣਾਇਆ ਬਣਾਇਆ ਪਹਿਲੇ ਬਣਾਇਆ ਨੇ। ਕੀ ਕਹਿੰਦੇ ਚਾਚਾ ਜੀ? ਕੌਮੀ ਦਿਨ ਜੁਮਾ, ਜੁਮਾ 13-14 ਅਗਸਤ ਦਿਨ ਤਾਂ ਨਹੀਂ ਜੇ ਪਤਾ ਹੈ। 14 ਅਗਸਤ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ। ਆਜ਼ਾਦ ਹੋਇਆ। ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਧਿਆਨ ਉੱਧਰ ਕੋਈ ਦਿਨ ਦਾ ਨਹੀਂ ਪਤਾ ਹੈ। ਦਿਨ ਦਾ ਨਹੀਂ ਪਤਾ? ਨਹੀਂ, ਤਰੀਕ ਦਾ ਪਤਾ। ਕੋਈ ਇੱਕ ਦਿਨ ਯਾਦ ਹੈ ਜੇ ਕਿ ਨਹੀਂ? ਨਹੀਂ, ਕੋਈ ਨਹੀਂ ਯਾਦ ਹੈ। ਚਾਚਾ ਜੀ ਠੀਕ ਠਾਕ ਹੋ? ਜੀ ਬੜਾ ਘੁੱਟ ਕੇ ਬਹਿੰਦੇ ਹੋ, ਖੈਰ ਅਸੀਂ ਕਿਹੜਾ ਚਾਚਾ ਜੀ ਤੁਹਾਡਾ ਕਰਜ਼ਾ ਦੇਣਾ ਕਿਹੜਾ? ਨਹੀਂ, ਮੈਂ ਅੱਲਾ ਮਾਫੀ ਦਾ ਆਦ ਦੇਣਾ ਨਾ। ਅਸਾਂ ਤਾਂ ਦੇਣਾ ਨਾ ਕਰਜ਼ਾ। ਨਾ ਚਾਹ ਪਿਆਇਓ, ਪਰ ਨਹੀਂ ਚਾਹ ਪੀਓ ਤੁਸੀਂ ਬਾਅਦ, ਚਾਹ ਦੀ ਕਿਹੜੀ ਗੱਲ ਹੈ। ਅੱਛਾ, ਸਵਾਲ ਦਾ ਜਵਾਬ ਤੇ ਬਾਕੀ ਕਰਜ਼ੇ ਦੀ ਮੈਂ ਗੱਲ ਕਰ ਦਿਓ, ਅਸੀਂ ਤਾਂ ਕਰਜ਼ਾ ਦੇਣਾ। ਸਵਾਲ ਦਾ ਇੱਕ ਜਵਾਬ ਤੇ ਦਿਓ, 14 ਅਗਸਤ ਆ ਰਹੀ, ਮਨਾਉਂਦੇ ਹੋ ਕਿ ਨਹੀਂ? ਤੁਹਾਡੀ ਹਕੂਮਤ ਮਨਾਉਂਦੀ, ਅਸੀਂ ਵੀ ਮਨਾਉਂਦੇ ਹਾਂ। ਮਨਾਉਂਦੇ ਹੋ? ਹਾਂਜੀ। ਤੇ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ ਕਿਹੜਾ? ਸਾਰੇ ਕੌਮੀ ਦਿਨ ਹੀ ਨੇ। ਹੁਣ ਅੱਜ ਈਦ ਤਾਂ ਨਹੀਂ ਨਾ ਹੋ ਸਕਦੀ? ਚਾਰ ਜੀ ਇਕੱਠੇ ਹੋ ਜਾਂਦੇ, ਈਦ ਹੋ ਜਾਂਦੀ? ਨਹੀਂ ਹੁੰਦੀ ਕਦੇ, ਹੋ ਜਾਂਦੀ ਹੈ। ਅਸੀਂ ਬੱਕਰਾ ਈਦ ਕਰੋ ਹਾਂ ਕੱਲ੍ਹ, ਚਾਰ ਜੀ ਇਕੱਠੇ ਹੋਣਾ ਬੱਕਰਾ ਈਦ। ਬੱਕਰਾ ਈਦ ਨਹੀਂ ਨਾ ਹੁੰਦੀ। ਇੱਧਰ ਵੇ ਯਾਰ, ਕੀ ਉੱਧਰ ਕੀ ਹੈ? ਉੱਧਰ ਦੁਕਾਨ ਨੇ ਫਿਰ ਇੱਧਰ ਵੇ। ਅੱਛਾ, ਤੈਨੂੰ ਪਤਾ 14 ਅਗਸਤ ਆ ਰਹੀ ਹੈ? ਬਿਲਕੁਲ ਆ ਰਹੀ ਹੈ ਨਾ, ਮਨਾਉਂਦੇ ਵੀ ਹੋ ਕਿ ਨਹੀਂ? ਅੱਛਾ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ ਨਹੀਂ ਪਤਾ ਸਵਾਲ ਦਾ ਜਵਾਬ ਦਿਓ ਕਿ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? 12 ਰਵੀਓ ਠੀਕ ਹੈ, 14 ਅਗਸਤ ਵੀ ਠੀਕ ਹੈ, ਬਾਬੇ ਕਾਦੇ ਨੂੰ ਦਿਨ ਠੀਕ ਹੈ। ਦਿਨ ਤਾਂ ਸਾਰੇ ਭਾਂ ਠੀਕ ਨੇ, ਕੀ ਆਂਦੇ? ਅੱਜ ਦਾ ਦਿਨ ਵੀ ਠੀਕ ਹੈ। ਦਿਨ ਜੁਮਾ ਤੋਂ ਮੁਬਾਰਕ ਹੈ। ਕੌਮੀ ਦਿਨ ਕਿਹੜਾ? ਕੌਮੀ ਦਿਨ 14 ਅਗਸਤ ਦੀ ਹੈ, ਆਪਣਾ ਜਿਹੜਾ 12 ਰਵੀਓ ਵੀ ਹੈ। ਅੱਛਾ, ਤੁਹਾਨੂੰ ਪਤਾ 14 ਅਗਸਤ ਆ ਰਹੀ ਹੈ? ਹਾਂਜੀ ਆ ਰਹੀ ਹੈ ਨਾ, ਆ ਰਹੀ ਹੈ। ਅੱਛਾ ਆ ਰਹੀ ਹੈ, ਇਹ ਪਤਾ ਲੱਗ ਗਿਆ, ਆ ਰਹੀ ਹੈ, ਆ ਰਹੀ ਹੈ। ਅੱਛਾ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਇਹ 14 ਅਗਸਤ ਦੀ ਹੈ ਯਾਰ। ਕੌਮੀ ਦਿਨ ਪੁੱਛਣ ਡਿਆ ਮੈਂ, 14 ਅਗਸਤ ਨੂੰ ਤਾਂ ਪਾਕਿਸਤਾਨ ਆਜ਼ਾਦ ਹੋਇਆ। ਹਾਂ, ਤੇ ਸਾਰਿਆਂ ਨੂੰ ਪਤਾ ਹੈ, ਇਦੋਂ ਵੱਡਾ ਹੋਰ ਕਿਹੜਾ ਦਿਨ ਹੁੰਦਾ ਹੋਵੇ ਯਾਰ, ਬੜੇ ਜਦੋਂ ਬੰਦਾ ਆਜ਼ਾਦ ਹੋਵੇ। ਪਰ ਇੱਕ ਦਿਨ ਮੁਕਰਰ ਵੀ ਹੁੰਦਾ ਨਾ? ਦਿਨ ਤਾਂ ਹੁਣ ਸਾਰੇ ਮੁਕਰਰ ਨੇ, ਹੁਣ ਤਾਂ ਸਾਰੇ ਕੌਮੀ ਨੇ ਇਮਰਾਨ ਖਾਨ ਦੀ ਘੁੰਮਾ, ਤੇ ਹੁਣ ਕੌਮੀ ਸਾਰੇ ਦਿਨ ਹੋਏ ਨੇ। ਮਹਿੰਗਾਈ ਖੀਰ ਕਰ ਗਈ ਹੈ, ਤੇ ਬੰਦੇ ਸੋਚਦੇ ਨੇ ਕਰਨਾ ਕੀ, ਇੱਕ ਦੂਜੇ ਜੇਬਾਂ ਵੱਢ ਕੇ ਲੱਗੇ ਫਿਰਦੇ ਨੇ। ਸਲਾਮ ਵਾਲਾ ਜਿਹੜੇ ਆਪਣੇ ਪੜ੍ਹ ਲੇ ਕੇ ਗੱਲ ਗਏ ਨੇ, ਸਵਾਲ ਦਾ ਜਵਾਬ ਦੇ ਚਾਚਾ। ਹਾਂਜੀ ਹਾਂਜੀ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਪਾਕਿਸਤਾਨ ਦਾ ਕੌਮੀ ਦਿਨ 14 ਅਗਸਤ। 14 ਅਗਸਤ ਨੂੰ ਆਜ਼ਾਦੀ ਮਿਲੀ ਹੈ, ਆਜ਼ਾਦ ਤੋਂ ਹੀ। ਅੱਛਾ, ਨਹੀਂ ਇਹੋ ਹੀ ਲੱਗਦਾ ਪਿਆ ਮੈਨੂੰ ਤਾਂ। ਪਾਕਿਸਤਾਨ 'ਚ ਰਹਿਣਾ? ਹਾਂਜੀ ਬਿਲਕੁਲ। ਅੱਛਾ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ 14 ਅਗਸਤ। ਕੌਮੀ ਦਿਨ ਸਾਨੂੰ ਥੋੜੀ ਤਲਾਹ ਦੇਵੋ, ਆਜ਼ਾਦੀ ਦਾ ਦਿਨ। ਠੀਕ ਹੈ, ਕੌਮੀ ਦਿਨ ਕਿਹੜਾ? ਕੌਮੀ ਦਿਨ ਮਤਲਬ ਜਦੋਂ ਬਣਿਆ ਸੀ ਆਪਣਾ ਪਾਕਿਸਤਾਨ, ਉਹ ਤਾਂ 14 ਅਗਸਤ ਨੂੰ ਆਜ਼ਾਦ ਹੋਇਆ ਨਾ। ਕੌਮੀ ਦਿਨ ਤਾਂ ਮੈਨੂੰ ਨਹੀਂ ਪਤਾ, ਮੈਨੂੰ ਥੋੜ੍ਹਾ ਜਿਹਾ ਇਤਰਾਜ਼ ਹੋਊਗਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਕਿਉਂ ਜੀ? ਨਹੀਂ ਜਨਾਬ, ਅਸੀਂ ਨੇ ਵੀਡੀਓ ਯਾਰ, ਮੈਂ ਬੁੱਢੇ ਬੰਦੇ ਪੁੱਛ ਗਿਆ। ਕੀ ਉਹਨੇ ਸਵਾਲ ਦਾ ਜਵਾਬ ਤਾਂ ਮੈਨੂੰ, ਜਿਸ ਦਿਨ ਪਾਕਿਸਤਾਨ ਬਣਿਆ ਉਸ ਦਿਨ ਜਾਂ ਲਾਮਾ ਇਕਬਾਲ ਦਾ ਦਿਨ, ਉਹ ਕੌਮੀ ਦਿਨ ਆਉਂਦਾ। ਠੀਕ ਹੈ, ਲਾਮਾ ਇਕਬਾਲ ਦਾ ਦਿਨ ਕੌਮੀ ਦਿਨ ਤਾਂ ਹੁੰਦਾ? ਮੈਨੂੰ ਉਹ ਹੀ ਦੱਸਣ ਡਿਆ ਬੁੱਢਾ ਬੰਦਾ, ਮੈਂ ਅਸੀਂ ਪੁੱਛਣ ਗਿਆ ਤੁਹਾਡੇ ਵਾਸਤੇ, ਮੈਂ ਸਾਹਮਣੇ ਬੈਠਾ ਡਰਾਈਵਰ, ਐਡਾ ਬੁੱਢਾ ਬੰਦਾ ਵੇ,
ਉਹਨੇ ਕਿਹਾ ਯਾਰ ਇਹ ਆਉਂਦਾ ਹੋਰ ਕੋਈ ਦਿਨ ਚ ਨੀ ਆ ਰਿਹਾ, ਜੇ ਆਉਂਦਾ ਤੂੰ ਦੱਸ ਸਾਨੂੰ ਕੋਈ ਤੇ ਸਾਡੇ ਕੀ ਲੰਮੀ ਇਜ਼ਾਫਾ ਹੋ ਜਾਣਾ। ਹਾਂ ਦੱਸੋ ਕੀ ਉਹਨੇ ਦੱਸਿਆ ਲਾਮਾ ਕਪਾਲ ਦਾ ਦਿਨ? ਲਾਮਾ ਕਪਾਲ 14 ਗਜ਼ੇ ਆਉਂਦੇ ਕੌਮੀ ਦਿਨ ਆ ਹੀ ਹੁੰਦਾ ਇਹ ਦੋਵੇਂ ਪਤਾ ਲੱਗ ਗਿਆ। ਚੰਗਾ ਬੰਦਾ ਮੈਂ ਹਰ ਇੱਕ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ 14 ਅਗਸਤ ਉਹ ਤੇ ਆਜ਼ਾਦੀ ਦਾ ਦਿਨ। ਕੌਮੀ ਦਿਨ ਕਿਹੜਾ ਹੁੰਦਾ ਨਹੀਂ ਪਤਾ ਯਾਰ, ਬੰਦਾ ਫੁੱਦੂ ਲਾਇਆ ਇਹਨੂੰ ਵੀ ਕਿਹੜੇ ਫੁੱਦੂ ਹੀ ਲਾਇਆ ਮਨਾਉਣਾ 14 ਅਗਸਤ ਜੋਸ਼ੋ ਖਰੋਸ਼ ਨਾਲ ਜੀ। ਤੇ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ ਹੈ? ਪਤਾ ਨਹੀਂ ਕਿਹੜਾ ਸਾਹਿਬ, ਇੱਥੇ ਆ ਕੇ ਨਾਲ ਹੀ ਹੱਲਾ ਸੁੱਟ ਗਏ। ਸਾਨੂੰ ਆਪਣੀ ਬੜੀ ਪਰੇਸ਼ਾਨੀ ਲੱਗੀ ਜਦੋਂ ਇਮਰਾਨ ਖਾਨ ਪਾਕਿਸਤਾਨ। ਯਾਰ ਤੁਸੀਂ ਘੁੰਮਾ ਤੇ ਰੋਂਦੇ ਹੋ, ਮੈਂ ਤੁਹਾਨੂੰ ਆਸਾਨ ਖੜਾਉਣ ਦਿਆ। ਤੁਸੀਂ ਪੁੱਛ ਗਿਆ ਫੋਨ ਤੇ, ਪਤਾ ਪੁੱਛ ਗਿਆ ਫੋਨ ਤੇ, ਬਸ ਸਾਨੂੰ ਕਰਕੇ ਬਣਾ ਯਾਰ। ਅੱਛਾ ਹੈਲੋ, ਹਾਂਜੀ ਅੱਛੂ ਜੀ, 14 ਅਗਸਤ ਭਾਈ ਜਾਨ ਉਹਦਾ ਤੇ ਪਾਕਿਸਤਾਨ ਆਜ਼ਾਦ ਹੋਇਆ, ਆਜ਼ਾਦ 47 ਨੂੰ ਹੋਇਆ ਯਾਰ, 14 ਅਗਸਤ ਨੂੰ ਕਿੱਥੋਂ ਆਜ਼ਾਦ ਹੋਇਆ ਯਾਰ? ਉਹ ਤਾਂ ਦਿਨ ਕਿਹੜਾ ਸੀ? 14 ਅਗਸਤ 1947। ਹਾਂ ਦੱਸ ਯਾਰ, ਮੈਂ ਦੱਸਿਆ ਪਹਿਲਾਂ ਵੀ 47 ਜਿਲੋਂ ਤੇ, ਇਹ ਤਾਂ ਆਜ਼ਾਦੀ ਦਾ ਦਿਨ ਹੈ, ਕੌਮੀ ਦਿਨ ਕਿਹੜਾ? ਤੂੰ ਕੈਮਰਾ ਸਿੱਧਾ ਰੱਖ ਯਾਰ, ਬੰਦ ਰਹਾ ਹੈ, ਫਿਰ ਮੈਂ ਫੋਨ ਪੁੱਛ ਦੱਸਾਂ ਲੱਗਾ ਪਾ ਲੱਗੇ ਲੋਕਾਂ ਨੂੰ। ਇੱਕ 23 ਮਾਰਚ ਦੱਸੀ ਅਗਲਿਆਂ ਨੇ, ਉਹ ਮੈਂ ਚੁੰਡੇ ਬੰਬ ਚੱਲਿਆ 23 ਮਾਰਚ ਨੂੰ ਲੱਗੇ ਬੰਦੇ। ਹੈਲੋ ਓਏ, ਉਹ ਨਹੀਂ ਯਾਰ, ਤੂੰ ਸਹੀ ਗੱਲ ਦੱਸ ਯਾਰ, 14 ਅਗਸਤ ਆਉਂਦੇ ਮੰਨਦੇ ਹੀ ਨਹੀਂ ਅਗਲੇ, ਕੌਮੀ ਦਿਨ ਕੌਮੀ ਦਿਨ ਪੁੱਛਦੇ ਪਾਕਿਸਤਾਨ ਦਾ ਕਿਹੜਾ? ਜੁੰਮਾ ਨੀ ਯਾਰ, ਲਾ ਦਿਆ ਬੰਦੇ ਕੌਮੀ ਆਜ਼ਾਦੀ ਹੁੰਦੀ ਹੋਰ ਕੀ ਆਨੇ ਜੁੰਮਾ ਕੌਮੀ ਆਜ਼ਾਦੀ ਯਾਰ ਮਨਾਣਾ ਨਾ ਮਨਾ। ਇਹ ਜੁਲਾਈ ਤੋਂ ਬਾਅਦ ਅਗਸਤ ਤੇ ਜੀ ਜੀ ਪਤਾ ਹੈ ਨਾ, ਹਾਂਜੀ ਪਾਕਿਸਤਾਨ ਦੇ ਰਹਿਸ਼ੀ ਵੀ। ਅੱਛਾ ਇਹ ਦੱਸੋ ਕਿ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਪਾਕਿਸਤਾਨ ਦਾ ਕੌਮੀ ਦਿਨ 14 ਅਗਸਤ ਵੀ ਆ ਸਕਦੇ ਤੁਸੀਂ ਬਈ, ਆ ਸਕਦੇ ਨਹੀਂ, ਜਿਹੜਾ ਦਿਨ ਹੈ ਵੀ ਕੌਮੀ ਦਿਨ ਦਾ ਪਤਾ ਨਹੀਂ, ਸ਼ਬਰਾਤ ਨੂੰ ਇਹ ਤੇ ਨਹੀਂ ਨਾ ਮਨਾ ਸਕਦੇ? ਹਾਂਜੀ ਹਾਂ, ਨਹੀਂ ਪਤਾ ਨਹੀਂ ਆਇਆ, ਤੁਸੀਂ ਦੱਸੋ। ਹਾਂ ਮੈਂ ਤੁਹਾਨੂੰ ਪੁੱਛਣਾ, ਚਲੋ ਮੇਰੇ ਚੈਨਲ ਨਾਲ ਇਜ਼ਾਫਾ ਹੋ ਜਾਏਗਾ, ਤੁਸੀਂ ਦੱਸ ਦਿਓ। ਨਹੀਂ ਪਤਾ, ਇਜ਼ਾਫਾ ਕਰਨ ਵਾਸਤੇ ਮੈਂ ਸਾਡਾ ਚੈਨਲ ਵੇਖਿਓ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ, ਕੀ ਹਾਲ ਜੀ? ਅੱਛਾ ਤੁਹਾਨੂੰ ਪਤਾ ਹੈ 14 ਅਗਸਤ ਆ ਰਹੀ ਹੈ? ਆ ਰਹੀ ਹੈ ਜੀ, ਮਨਾਉਂਦੇ ਵੀ ਹਾਂ, ਮਨਾਉਂਦੇ ਵੀ ਹਾਂ। ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ 23 ਮਾਰਚ ਕਰਾਰਦਾਦ ਮਨਜ਼ੂਰ ਹੋਈ ਸੀ, ਕੌਮੀ ਦਿਨ ਇਹ 14 ਅਗਸਤ ਹੀ ਮਨਾਉਂਦੇ ਨੇ, ਕੌਮੀ ਦਿਨ ਕਿਹੜਾ? ਕੌਮੀ ਦਿਨ ਹੋਰ ਕਿਹੜਾ ਦਿਨ ਕਿਹੜਾ? 14 ਅਗਸਤ ਕਰਾਰਦਾਦ ਉਹਦੀ ਸਨ 47 ਮਾਰਚ ਨੂੰ ਕਰਾਰਦਾਦ ਪਾਸ ਹੋਈ ਸੀ। ਦਿਨ ਕੌਮੀ ਦਿਨ ਕਿਹੜਾ? ਸਾਰੇ ਕੌਮੀ ਜੁਮਾ ਦਿਨ ਹੀ ਸਾਡਾ ਕੌਮੀ ਦਿਨ, ਜੁਮਾ ਦਿਨ ਜੁਮੇ ਦਿਨ ਜੁਮੇ ਵਾਲੇ ਦਿਨ ਤੇ ਮਤਲਬ ਆਪਣਾ ਸਾਡੀ ਇਹ ਗੱਲ ਬੜੀ ਗਹਿਰੀ ਸੋਚ 'ਚ ਪਏ ਹੋ ਭਾਅ ਜੀ। ਕੰਮ ਹੀ ਕੌਣ ਨਹੀਂ ਹੈ, ਕਾਰੋਬਾਰ ਬੰਦ, ਹਰ ਸ਼ੈ ਬੰਦ। ਤੁਹਾਨੂੰ ਪਤਾ ਹੈ 14 ਅਗਸਤ ਆ ਰਹੀ ਹੈ, ਉਹਦੇ ਲਿਹਾਜ਼ ਨਾਲ ਇੱਕ ਸਵਾਲ ਦਾ ਜਵਾਬ ਦਿਓ ਕਿ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? 14 ਅਗਸਤ 14 ਅਗਸਤ ਨਹੀਂ ਨਾ ਕੌਮੀ ਦਿਨ, ਉਹ ਤਾਂ ਪਾਕਿਸਤਾਨ ਆਜ਼ਾਦ ਹੋਇਆ। ਆਹੋ ਕੌਮੀ ਦਿਨ ਕਿਹੜਾ? ਜਿਵੇਂ ਕੌਮੀ ਕ੍ਰਿਕਟ ਖੇਲ ਹੈ ਹਾਕੀ। ਆਹੋ ਦਿਨ ਕਿਹੜਾ? ਸਾਨੂੰ ਭਾਅ ਜੀ ਕੰਮ ਹੈ ਕੋਈ ਨਹੀਂ, ਸਾਡੇ ਜ਼ਿਹਨ ਉਂਝ ਕੰਮ ਨਹੀਂ ਕਰਦੇ, ਸਾਡੇ ਜ਼ਿਹਨ ਕੰਮ ਕਰਨਾ ਛੱਡ ਗਏ ਨੇ, ਉੱਪਰ ਜ਼ਿਹਨ ਕੰਮ ਛੱਡ ਗਏ ਨੇ। ਵੇਖੋ ਪਸੀਨੋ ਪਸੀਨੇ ਹੀ ਹੋਏ ਆ, ਸਮਾਂ ਸੋਚਾਂ 'ਚ ਪਏ, ਸਾਨੂੰ ਦਿਨ ਹੀ ਨਹੀਂ ਪਤਾ ਕਿ ਅੱਜ ਕੀ ਬਾਹਰ ਹੈ। ਕੌਮੀ ਦਿਨ 14 ਅਗਸਤ ਬਸ, ਹਾਂਜੀ 14 ਅਗਸਤ ਨੂੰ ਤਾਂ ਪਾਕਿਸਤਾਨ ਆਜ਼ਾਦ ਹੋਇਆ। ਹਾਂਜੀ ਦਿਨ ਕੌਮੀ ਕਿਹੜਾ? ਕੌਮੀ ਦਿਨ ਜੁੰਮਾ। ਜੁੰਮਾ ਹਾਂਜੀ, ਹੋਰ ਕਿਹੜਾ ਸਾਹਿਬ? ਕੌਮੀ ਦਿਨ ਪੁੱਛ ਰਿਹਾ ਸਾਰਾ ਜੀ, ਹੋਰ ਕਿਹੜਾ ਜੀ? ਇੱਕ ਗੱਲ ਤਾਂ ਕਰੋ ਨਾ, ਪਹਿਲਾਂ ਤੂੰ 14 ਅਗਸਤ ਕਿਹਾ, ਹੁਣ ਤੂੰ ਜੁੰਮਾ ਕਹਿ ਰਿਹਾ। 14 ਅਗਸਤ ਹੀ ਜਿਵੇਂ ਕੌਮੀ ਪਰਚਮ ਜੁੰਮਾ ਲਿਆ ਗਿਆ, ਜੁੰਮਾ ਮਿਲੀ ਜਮਾਤ ਆ, ਵੈਸੇ ਜੁੰਮੇ ਵਾਲਾ ਦਿਨ 14 ਅਗਸਤ ਆ ਰਹੀ ਹੈ। ਹਾਂਜੀ ਹਾਂਜੀ, ਮਨਾਈ ਦੀ ਅਸੀਂ ਤੁਸੀਂ ਮਨਾਉਂਦੇ ਹਾਂ ਨਾ ਜੀ ਜੀ। ਅੱਛਾ ਇਹ ਦੱਸੋ ਕਿ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ 14 ਅਗਸਤ ਹੀ ਤਾਂ ਪਾਕਿਸਤਾਨ ਆਜ਼ਾਦ ਹੋਇਆ। ਹਾਂ ਉਹ ਆਜ਼ਾਦੀ ਦਾ ਦਿਨ ਹੈ। ਕੌਮੀ ਦਿਨ 23 ਮਾਰਚ ਪਾਕਿਸਤਾਨ ਬਣਿਆ। ਘੁੱਟ ਕੇ ਮਨਾਉਂਦੇ ਹੋ? ਪੂਰਾ VIP ਮਨਾਉਂਦੇ VIP। ਫਿਰ ਇੱਕ ਸਵਾਲ ਦਾ ਜਵਾਬ ਵੀ ਦਿਓ, ਹਾਂ ਦੱਸੋ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਦੱਸੋ ਕਾਕਾ ਜੀ, ਤੂੰ ਕੀ ਮਨਾਉਣਾ? 14 ਅਗਸਤ ਹੀ ਮਨਾਈ ਜੀ, ਹੋਰ ਕੀ ਮਨਾਈ? ਕਿਉਂ ਜੀ? ਨਹੀਂ ਭਾਈ ਮੈਨੂੰ ਨਹੀਂ ਪਤਾ,
ਸਲਾਮ ਅਲੈਕਮ ਜੀ। ਤੁਹਾਨੂੰ ਪਤਾ 14 ਅਗਸਤ ਆ ਰਹੀ ਹੈ? ਬਿਲਕੁਲ ਆ ਰਹੀ ਹੈ, ਆ ਰਹੀ ਹੈ ਨਾ, ਆ ਰਹੀ। ਮਨਾਉਂਦੇ ਵੀ ਹੋ? ਮਨਾਈਏ ਬੜੀ ਖੁਸ਼ੀ ਨਾਲ, ਧੂਮਧਾਮ ਨਾਲ ਮਨਾਈ ਦੀ। ਕਿਆ ਬਾਤ ਹੈ, ਫਿਰ ਤਾਂ ਤੁਸੀਂ ਸਵਾਲ ਜਵਾਬ ਹੀ ਦਿਓਗੇ। ਅੱਛਾ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ ਕਿਹੜਾ? ਕੌਮੀ ਦਿਨ ਤਾਂ ਯਾਰ ਹੁਣ ਮੇਰੇ ਜ਼ਿਹਨ ਚੋਂ ਨਿਕਲ ਗਿਆ, ਇਸ ਟਾਈਮ ਗਰਮੀ ਨਾਲ ਪਾਗਲ ਹੋ ਜਾਂਦੇ ਹੈਗੇ। ਮੈਂ ਇਮਰਾਨ ਖਾਨ ਹਰ ਵਾਰ ਤਬਾਹੀ ਮੱਚੀ ਦੀ। ਅਸਲਾਮ ਅਲੈਕਮ, ਕੀ ਹਾਲ ਜੀ? ਠੀਕ ਠਾਕ ਹੋ? ਅੱਛਾ, 14 ਅਗਸਤ ਆ ਰਹੀ ਹੈ, ਤੁਹਾਨੂੰ ਵੀ ਪਤਾ ਹੈ, ਮਨਾਉਂਦੇ ਹੋ? ਬੜੀ ਅੱਛੀ ਗੱਲ ਹੈ। ਅਤੇ ਪਾਕਿਸਤਾਨ ਦੇ ਇੱਕ ਸਵਾਲ ਹੈ ਕਿ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਹੁੰਦਾ ਤਾਂ ਫਿਰ ਦਿਨ ਦੱਸ, 14 ਅਗਸਤ ਹੀ ਹੈ ਨਾ। 14 ਅਗਸਤ ਆਜ਼ਾਦੀ ਦਾ ਦਿਨ ਹੈ, ਕੌਮੀ ਦਿਨ ਜਿੱਦਾਂ ਪਾਕਿਸਤਾਨ ਬਣਿਆ ਇਹ ਸਨ 1947। ਢਹਿ ਲਿਖਿਆ ਸਵਾਲ ਹੈ, ਫਸ ਗਿਆ ਸਾਰੇ ਅੱਡੇ 'ਤੇ। ਕੀ ਹਾਲ ਜੀ? ਠੀਕ ਠਾਕ ਹੋ? ਅੱਲਾਹ ਦਾ ਸ਼ੁਕਰ ਹੈ। ਅੱਛਾ, 14 ਅਗਸਤ ਮਨਾਉਂਦੇ ਹੋ? ਬਿਲਕੁਲ, ਬਾਅਦ 'ਚ ਜੋਸ਼ੋ ਖਰੋਸ਼ ਨਾਲ, ਅਲਹਮਦੁਲਿਲਾਹ, ਪੂਰੇ ਜਜ਼ਬੇ ਨਾਲ, ਅਲਹਮਦੁਲਿਲਾਹ, ਅੱਲਾਹ ਦਾ ਸ਼ੁਕਰ ਹੈ। ਦੱਸੋ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? 14 ਅਗਸਤ ਹੈ, ਆਜ਼ਾਦੀ ਦਾ ਦਿਨ। ਹਾਂ, ਅਤੇ ਆਜ਼ਾਦੀ ਵੀ ਇਹੀ ਹੈ, ਅਤੇ ਕੌਮੀ ਵੀ ਇਹੀ ਹੈ, ਅੱਲਾਹ ਦਾ। ਨਹੀਂ, ਈਦ ਸ਼ਬਰਾਤ ਵੱਖਰੀ ਹੁੰਦੀ ਹੈ ਭੈਣ, ਈਦ ਵੱਖਰੀ ਹੁੰਦੀ ਹੈ, ਸ਼ਬਰਾਤ ਵੱਖਰੀ, ਸਾਰੇ ਦਿਨ ਬਾਅਦ 'ਚੋਂ ਨਾਲ, ਆਜ਼ਾਦੀ ਵੱਖਰੀ ਹੈ, ਕੌਮੀ ਦਿਨ ਵੱਖਰਾ। ਸਾਰੇ ਬਾਅਦ 'ਚੋਂ ਨਾਲ ਨਾਲ ਪਾਕਿਸਤਾਨ ਦੇ ਵਿੱਚ ਵੜ ਗਏ, ਸਾਰੇ ਨਾਲ ਨਾਲ ਜਾਂ ਘੁੰਮਣਾ ਫਿਰਨਾ, ਜਿਹੜਾ ਜਿਹੜਾ ਦਿਨ ਹੈ ਉਹੀ ਹੋਈ ਮਨਾਵਾਂ। ਤੇ ਬੱਕਰੀ ਤੇ ਮੱਝ ਇਕੱਠੀ ਨਹੀਂ ਹੋ ਸਕਦੀ, ਤੇ ਪਰ ਬਾਅਦ 'ਚ ਜੇ ਵੱਖਰਾ ਵੱਖਰਾ ਕਰਨਾ। ਟੋਪੀ ਪਾਉਣਾ? ਟੋਪੀ ਨਹੀਂ ਭਾਈ, ਆਹ ਪਾਣੀ ਹੈ। ਹਾਂਜੀ, ਬਾਅਦ 'ਚ ਦੱਸੋ ਕੌਮੀ ਦਿਨ। ਕੌਮੀ ਦਿਨ ਦੱਸਿਆ ਤਾਂ ਹੈ, 14 ਅਗਸਤ ਹੀ। 14 ਅਗਸਤ ਕੌਮੀ ਦਿਨ ਹੈ,14 ਅਗਸਤ 1947 ਪਾਕਿਸਤਾਨ ਆਜ਼ਾਦ ਹੋਇਆ ਦਿਨ ਮੈਂ ਪੁੱਛ ਰਿਹਾ। ਨਹੀਂ ਪਤਾ ਸਰ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਕੌਮੀ ਦਿਨ ਇਹ 14 ਅਗਸਤ ਹੀ ਹੈ। 14 ਅਗਸਤ ਤੇ ਪਾਕਿਸਤਾਨ ਆਜ਼ਾਦ ਹੋਇਆ। ਹਾਂਜੀ, ਦਿਨ ਕਿਹੜਾ ਕੌਮੀ? ਕੌਮੀ ਦਿਨ ਮਸਲਾ ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਪਾਕਿਸਤਾਨ ਕੌਮੀ ਦਿਨ 14 ਅਗਸਤ ਹੀ ਪਾਕਿਸਤਾਨ ਨਹੀਂ ਪਾਕਿਸਤਾਨ ਰਹਿੰਦਾ ਤਾਂ ਪਾਕਿਸਤਾਨ ਪਤਾ ਨਹੀਂ ਲੇਕਿਨ ਰੇਂਜ ਨਹੀਂ ਹੈ। ਸੋਚੀ ਪਏ ਹੋ ਕੀ ਚੱਕਰ? ਸੋਚੀ ਨਹੀਂ ਹੈ ਸਰ, ਕੋਈ ਸੋਚ ਨਹੀਂ ਸਰ। ਅੱਛਾ, ਚਲੋ ਮਾਸ਼ਾਅੱਲਾ। 14 ਅਗਸਤ ਆ ਰਹੀ ਹੈ, ਮਨਾਉਂਦੇ ਹੋ ਕਿ ਨਹੀਂ? ਮਨਾਵਾਂਗੇ ਕਿਉਂ ਨਹੀਂ, ਅੱਗੇ ਨਹੀਂ ਮਨਾਈ? ਮਨਾਵਾਂ, ਮਨਾਉਂਦੇ ਹੈ, ਮੈਂ ਸੋਧਰੇ ਰਹਿੰਦਾ ਇੱਥੇ ਨਹੀਂ। ਉੱਥੇ ਨਹੀਂ ਮਨਾਉਂਦੇ? ਮਨਾਉਂਦੇ ਹੈ ਇੱਥੇ। ਮੈਂ ਕਿਹਾ ਸੋਧਰੇ ਨਹੀਂ ਮਨਾਉਂਦੇ ਸਾਰੇ, ਪਰ ਸਾਡੇ ਇਲਾਕੇ 'ਚ ਆਏ ਇੱਥੇ ਮਨਾਓਗੇ? ਇਨਸ਼ਾਅੱਲਾ ਤਾਲਾ ਆਵਾਂਗੇ, ਹੁਣ ਮਨਾਓਗੇ? ਕੱਲ੍ਹ ਆਵਾਂਗੇ, ਕੱਲ੍ਹ। ਚਲੋ ਅੱਗੋਂ ਵੀ ਮਨਾਇਆ ਕਰੋ ਇਨਸ਼ਾਅੱਲਾ ਤਾਲਾ। ਅੱਛਾ, ਇੱਕ ਸਵਾਲ ਦਾ ਜਵਾਬ ਦਿਓ, ਪਾਕਿਸਤਾਨ ਦਾ ਕੌਮੀ ਦਿਨ ਕਿਹੜਾ? ਮੈਨੂੰ, ਮੈਂ ਪੜ੍ਹਿਆ ਨਹੀਂ ਪਹਿਲਾਂ। ਚਿੱਟਾ ਨਿਬਾੜਾ ਵਾਲਾ ਸਵਾਲ ਹੈ ਚਾਚਾ ਜੀ, ਕੀ ਕਰਦੇ? ਸਵਾਲ ਵੀ ਤੁਹਾਡੀ ਉਮਰ ਵਾਲਾ ਹੀ ਹੈ, ਕੋਈ ਪਤਾ ਨਹੀਂ।